ਜੈ ਗੁਰਦੇਵ, ਧੰਨ ਗੁਰਦੇਵ, ਦਾਸ ਅਮਰਜੀਤ ਕੁਮਾਰ ਵਿਦਾਸੀਆ, ਸਮੂਹ ਸੰਗਤਾਂ ਨੂੰ ਬੇਨਤੀ ਕਰਦਾ, ਜਿੰਨੀਆਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਓ, ਇਸ ਚੌਂਕ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਬਣਿਆ ਹੈ, ਇਸਦੀ ਦੇਖਭਾਲ ਕਰੀਏ। ਜੈ ਗੁਰਦੇਵ, ਧੰਨ ਗੁਰਦੇਵ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਸਭ ਸੰਗਤਾਂ ਦੇਖ ਰਹੀਆਂ ਹੋ, ਜੋ ਬੂਟਾ ਮੰਡੀ ਜਲੰਧਰ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਬਣਿਆ ਹੋਇਆ ਚੌਂਕ ਹੈ, ਜੋ ਸਿਰਫ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਹੀ ਬਣਿਆ ਰਹਿ ਗਿਆ ਹੈ, ਪਰ ਇਸ ਦੀ ਦੇਖਭਾਲ ਕਰਨ ਵਾਲਾ ਨਾ ਸਾਡਾ ਸਮਾਜ ਹੈ ਅਤੇ ਨਾ ਨਗਰ ਨਿਗਮ ਪ੍ਰਸ਼ਾਸਨ ਹੈ। ਜੇਕਰ ਦੇਖਣ ਵਾਲਾ ਹੁੰਦਾ ਤਾਂ ਇਸ ਵੇਲੇ ਜੋ ਹਾਲਾਤ ਸਤਿਗੁਰੂ ਰਵਿਦਾਸ ਚੌਂਕ ਦੇ ਹਨ, ਉਹ ਤੁਸੀਂ ਇੰਨੇ ਮਾੜੇ ਹਾਲਾਤ ਨਾ ਦੇਖਦੇ। ਸੋ ਆਪ ਦੇਖ ਸਕਦੇ ਹੋ, ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਇਹ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜਾ ਫਰਵਰੀ ਮਹੀਨੇ ਦੇ ਵਿੱਚ ਲੰਘ ਕੇ ਗਿਆ, ਉਸ ਵੇਲੇ ਇਸ ਦੀ ਦੇਖਭਾਲ ਕੀਤੀ ਗਈ ਸੀਗੀ, ਪਰ ਉਸ ਤੋਂ ਬਾਅਦ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ, ਪਰ ਕੁਛ ਵੀਰ ਸਾਡੇ ਛੱਡ ਕੇ ਸੰਗਤਾਂ ਨੇ ਵਧੀਆ ਸਹਿਯੋਗ ਨਹੀਂ ਦਿੱਤਾ ਸੀ, ਤਾਂ ਜੋ ਇਹਦੀ ਦੇਖਭਾਲ ਕੀਤੀ ਜਾਵੇ, ਕਿਉਂਕਿ ਕਾਰਪੋਰੇਸ਼ਨ ਦਫ਼ਤਰ ਵਾਲਿਆਂ ਨੇ ਹਰ ਵਾਰ ਜਿੰਨੀ ਵੀ ਇਹਦੀ ਸਜਾਵਟ ਕੀਤੀ ਜਾਂਦੀ ਸੀਗੀ, ਇਹਦੀ ਤੋੜ ਭੰਨ ਕਰ ਦਿੱਤੀ ਜਾਂਦੀ ਸੀ, ਪਰ ਹਰ ਵਾਰ ਇਸ ਨੂੰ ਸਹੀ ਕੀਤਾ ਜਾਂਦਾ ਸੀ। ਪਰ ਤੁਸੀਂ ਹੁਣ ਦੇਖ ਲਓ, ਇਹ ਜੋ ਉਸ ਤੋਂ ਬਾਅਦ ਦੱਸਿਆ ਸੀ ਕਿ ਸੇਵਾ ਛੱਡ ਦੇਣੀ ਆ, ਅਤੇ ਹੁਣ ਹਾਲਾਤ ਦੇਖ ਲਓ ਕਿਹੋ ਜਿਹੇ ਹਨ। ਜੋ ਸਫਾਈ, ਪੂਰੀ ਸਫਾਈ ਰੱਖੀ ਦੀ ਸੀ, ਪਰ ਹੁਣ ਦੇਖੋ ਕਿੰਨਾ ਕੂੜਾ ਕਰਕਟ ਇਕੱਠਾ ਹੋਇਆ, ਔਰ ਇਹ ਜੋ ਆਪ ਦੇਖ ਰਹੇ ਹੋ ਪੂਰਾ ਘਾਹ ਜੋ ਹਰਿਆ ਭਰਿਆ ਸੀਗਾ, ਉਹ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ। ਸੋ ਆਪ ਦੇਖੋ, ਜਿਹੜੇ ਬੂਟੇ ਹਰੇ ਭਰੇ ਸੀਗੇ, ਫੁੱਲਾਂ ਦੇ ਨਾਲ ਸੋਹਣੇ ਲੱਗਦੇ ਸੀਗੇ, ਉਹ ਦੇਖ ਲਓ ਤੁਸੀਂ। ਔਰ ਇਹ ਜੋ ਕਾਰਪੋਰੇਸ਼ਨ ਵੱਲੋਂ ਤੋੜ ਭੰਨ ਕੀਤੀ ਜਾਂਦੀ ਸੀ ਹਰ ਵਾਰ, ਆਹ ਦੇਖੋ ਇਹ ਕਿਹੋ ਜਿਹਾ ਇਹ ਆਹ ਲੱਗਾ ਵਿੱਚ, ਇਹ ਆਮ ਸੜਕਾਂ ਦੇ ਵਿੱਚ ਹੁੰਦਾ ਹੈ, ਪਰ ਤੁਸੀਂ ਦੇਖੋ ਇਹਨੂੰ, ਇਹਦੀ ਸੁੰਦਰਤਾ ਖਤਮ ਕਰਨ ਵਾਸਤੇ ਆਪਣੇ ਵੱਲੋਂ ਕੋਈ ਵੀ ਘੱਟ ਨਹੀਂ ਕੀਤਾ ਗਿਆ। ਸੋ ਆਪ ਦੇਖ ਰਹੇ ਹੋ, ਦੇਖੋ ਜੋ ਚੌਂਕ ਦੇ ਹਾਲਾਤ ਆ, ਕੀ ਇਹ ਤੁਹਾਨੂੰ ਲੱਗਦਾ ਕਿ ਕੋਈ ਇਸਦੀ ਦੇਖਭਾਲ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ? ਸੋ ਦੇਖੋ ਕਿਹੋ ਜਿਹੇ ਹਾਲਾਤ ਹਨ, ਕੋਈ ਵੀ ਬੂਟਾ ਜਿਹੜੇ ਫੁੱਲਾਂ ਨਾਲ ਭਰੇ ਪਏ ਸੀਗੇ, ਉਹਨਾਂ ਦੇ ਹਾਲਾਤ ਦੇਖ ਲਓ, ਇੱਕ ਵੀ ਫੁੱਲ ਦਾ ਬੂਟਾ ਜਾਂ ਫੁੱਲ ਤੁਹਾਨੂੰ ਨਜ਼ਰ ਨਹੀਂ ਆਵੇਗਾ, ਸਾਰੇ ਫੁੱਲ ਦੇ ਬੂਟੇ ਸੁੱਕ ਚੁੱਕੇ ਆ। ਸੋ ਪੋਸਟ ਨੂੰ ਸ਼ੇਅਰ ਕਰਨਾ ਨਾ ਸ਼ੇਅਰ ਕਰਨਾ ਤੁਹਾਡੀ ਮਰਜ਼ੀ ਹੈ। ਔਰ ਇਹ ਦੇਖੋ ਕਿੱਦਾਂ ਗੰਦ ਪਿਆ ਹੋਇਆ, ਦੇਖ ਰਹੇ ਹੋ ਆਪ, ਇਹ ਬੂਟੇ ਸਾਰੇ ਸੁੱਕ ਚੁੱਕੇ ਆ, ਦੇਖ ਲਓ ਤੁਸੀਂ।
ਸਾਰੇ ਬੂਟੇ ਸੁੱਕ ਚੁੱਕੇ ਆ, ਇਹ ਵੀ ਹਰਿਆ ਭਰਿਆ ਸੀਗਾ। ਬਾਕੀ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ, ਇਹਦੀ ਦੇਖਭਾਲ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ। ਔਰ ਇਹ ਦੇਖੋ ਕਿਵੇਂ ਕੂੜਾ ਕਰਕਟ, ਇਹ ਦੇਖੋ ਇਹਦੇ ਹਾਲਾਤ। ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਦੀ ਕਾਰਪੋਰੇਸ਼ਨ ਵੱਲੋਂ ਸਾਫ਼ ਸਫਾਈ ਕੀਤੀ ਜਾਂਦੀ ਹੈ ਜਾਂ ਇਹਦੀ ਦੇਖਭਾਲ ਕੀਤੀ ਜਾਂਦੀ ਹੈ? ਜੇ ਦੇਖਭਾਲ ਕੀਤੀ ਹੁੰਦੀ ਜਾਂ ਇਸਨੂੰ ਪਾਣੀ ਲਾਇਆ ਹੁੰਦਾ ਤਾਂ ਇਸ ਦੇ ਅੱਜ ਇਹ ਹਾਲਾਤ ਨਾ ਹੁੰਦੇ। ਇਹ ਜੋ ਬੂਟੇ ਆਪ ਦੇਖ ਰਹੇ ਹੋ ਗੁਲਾਬ ਦੇ ਲੱਗੇ ਹੋਏ ਆ, ਵਿੱਚ ਹੋਰ ਫੁੱਲ ਬੂਟੇ ਬਹੁਤ ਲਾਏ ਸੀਗੇ ਜਿਹਦੀ ਦੇਖਭਾਲ ਕਰਦੇ ਵੀ ਸੀ, ਪਰ ਆਹ ਦੇਖ ਆਪ ਦੇਖ ਸਕਦੇ ਦੇਖੋ ਕਿਵੇਂ ਜੋ ਚੌਂਕ ਦੀ ਸੁੰਦਰਤਾ ਸੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ। ਬਾਕੀ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ, ਕਿਉਂਕਿ ਜਿਹੜਾ ਸਤਿਗੁਰ ਅਰਦਾਸ ਮਹਾਰਾਜ ਨੂੰ ਪਿਆਰ ਕਰਦਾ ਹੈ ਉਹ ਦੁੱਖ ਜ਼ਰੂਰ ਮੰਨੇਗਾ ਇਸ ਗੱਲ ਦਾ ਕਿ ਸਾਡੇ ਰਹਿਬਰ ਦੇ ਨਾਮ 'ਤੇ ਜੇ ਚੌਂਕ ਬਣਿਆ ਹੋਵੇ ਤਾਂ ਉਸਦੀ ਦੇਖਭਾਲ ਅਸੀਂ ਨਾ ਕਰ ਸਕੀਏ ਤਾਂ ਫਿਰ ਅਸੀਂ ਸਤਿਗੁਰ ਅਰਦਾਸ ਮਹਾਰਾਜ ਜੀ ਦੇ ਬੱਚੇ ਕਹਿਲਾਉਣ ਦੇ ਵੀ ਹੱਕਦਾਰ ਨਹੀਂ ਹਾਂ ਕਿ ਅਸੀਂ ਸਤਿਗੁਰ ਅਰਦਾਸ ਮਹਾਰਾਜ ਨੂੰ ਮੰਨਣ ਵਾਲੇ ਆਖ ਲਈਏ ਕਿ ਮੰਨਦੇ ਹਾਂ, ਪਰ ਤੁਸੀਂ ਹਾਲਾਤ ਦੇਖੋ ਕਿਹੋ ਜਿਹੇ ਚੌਂਕਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੀ ਦੇਖਭਾਲ ਕਾਰਪੋਰੇਸ਼ਨ ਕਰਦਾ ਹੋਵੇਗਾ ਜਾਂ ਸਤਿਗੁਰ ਅਰਦਾਸ ਮਹਾਰਾਜ ਦੇ ਨਾਮ ਲੇਵਾ ਸੰਗਤਾਂ ਕਰਦੀਆਂ ਹੋਣਗੀਆਂ? ਇੱਧਰ ਬੂਟਾ ਮੰਡੀ ਹੈ ਜੋ ਸਾਡਾ ਰਵਿਦਾਸੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਔਰ ਇੱਧਰ ਆਬਾਦਪੁਰਾ ਹੈ। ਹਾਂਜੀ ਮਹਾਰਾਜ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ, ਧੰਨ ਗੁਰਦੇਵ। ਸੋ ਚੰਗਾ ਲੱਗੇ, ਮਨ ਵਿੱਚ ਦੁੱਖ ਲੱਗੇ ਕਿ ਭਾਈ ਇਸਦੀ ਸਾਫ਼ ਸਫਾਈ ਇਸਦੀ ਦੇਖਭਾਲ ਹੋਣੀ ਚਾਹੀਦੀ ਆ, ਤਾਂ ਜ਼ਰੂਰ ਪੋਸਟ ਨੂੰ ਸ਼ੇਅਰ ਕਰਿਓ। ਜੈ ਗੁਰਦੇਵ, ਧੰਨ ਗੁਰਦੇਵ ਜੀ।